ਸਤਿ ਸ਼੍ਰੀ ਅਕਾਲ ਭਾਅ ਜੀ ਇਹ ਤਾਂ ਮਹੀਨਾ ਡੇਢ ਮਹੀਨਾ ਹੋ ਗਿਆ ਸੱਟ ਲੱਗੀ ਨੂੰ, ਆਹ ਪੈਰ 'ਤੇ ਸੋਜ ਪਈ ਹੋਈ ਆ। ਇੱਥੇ ਮੈਂ ਕਾਫੀ ਕੁਝ ਟਰਾਈ ਕਰਕੇ ਦੇਖਿਆ, ਕਵਾਸੀ ਰੋਟੀ ਬੰਨ ਬੰਨ ਦੇਖੀ ਆ, ਮਿੱਟੀ ਦਾ ਤੇਲ ਲਾ ਲਾ ਦੇਖਿਆ, ਬਹਿਆ ਪਾਣੀ ਵੀ ਪਾ ਕੇ ਦੇਖਿਆ, ਬਰਫ਼ ਵੀ ਬੰਨ ਕੇ ਦੇਖੀ ਆ, ਹੋਰ ਵੀ ਬੜਾ ਕੁਛ ਕਰ ਕਰ ਦੇਖਿਆ ਭਾਅ ਜੀ। ਡੇਢ ਦੋ ਮਹੀਨੇ ਹੋ ਗਏ ਭਾਅ ਜੀ ਸੱਟ ਠੀਕ ਨਹੀਂ ਹੁੰਦਾ ਪਿਆ। ਹੁਣ ਕਾਫੀ ਦਿਨਾਂ ਦਾ ਕਵਾਸੀ ਰੋਟੀ ਬੰਨਦਾ ਸੀਗਾ, ਉਹਦੇ ਨਾਲ ਦੇਖੋ ਸੋਜ ਉੱਦਾਂ ਹੀ ਆ ਅਤੇ ਲਾਲ ਹੋ ਗਿਆ ਅੱਗੇ ਨਾਲੋਂ। ਚਾਹ ਦੇਖੋ ਆਹ ਪੈਰ ਜਿਹੜਾ ਸੁੱਜਿਆ ਜਿਹੜਾ ਜਿਹੜਾ ਠੀਕ ਆ, ਅਤੇ ਭਾਅ ਜੀ ਠੀਕ ਨਹੀਂ ਹੋਣ ਦਿਆ। ਕੋਈ ਬੰਦਾ ਆਇਆ ਜੋ ਚੀਰਾ ਵੀ ਦੇ ਗਿਆ ਸੀ ਪਹਿਲਾਂ, ਚੀਰਾ ਦੇ ਇਹਨਾਂ ਨਾਲ ਲੱਤ ਵੀ ਖਰਾਬ ਹੀ ਹੋ ਗਈ ਸੀ, ਹੁਣ ਚੀਰੇ ਜ਼ਖਮ ਤਾਂ ਠੀਕ ਹੋ ਗਿਆ ਪਰ ਅਜੇ ਮੁਰਗਾ ਨਹੀਂ ਠੀਕ ਹੋਇਆ। ਇਹ ਭਾਅ ਜੀ ਜਿੱਦਾਂ 6 ਮਹੀਨੇ ਦਾ ਹੋਇਆ ਅਜੇ, ਅਤੇ ਆਹ ਦੇਖੋ ਚੰਗੀ ਤਰ੍ਹਾਂ ਦੇਖੋ ਭਾਅ ਜੀ ਇਹ ਤਾਂ ਬਹੁਤ ਕੰਮ ਖਰਾਬ ਆ। ਦੇਖੋ ਕਿਤਾ ਲਾਲ ਲਾਲ ਵੀ ਹੋ ਗਿਆ ਹੋਇਆ, ਥੱਲੇ ਵੀ ਪੈਰ ਪਹਿਲਾਂ ਸਖਤ ਸੀਗਾ ਪਰ ਹੁਣ ਥੱਲੇ ਪੋਲਾ ਤਾਂ ਹੋ ਗਿਆ ਥੋੜ੍ਹਾ ਜਿਹਾ। ਆਹ ਦੇਖੋ ਭਾਅ ਜੀ ਆਹ ਵਾਲਾ ਜਾਨਵਰ ਆ, ਇੱਕ ਤਾਂ ਭਾਅ ਜੀ ਆ ਦੇਖੋ ਇਹਦੇ ਮੂੰਹ 'ਤੇ ਨਾ ਸ਼ਾਇਦ ਮਾਤਾ ਨਿਕਲੀ ਆ, ਚਲੋ ਮਾਤਾ ਲਈ ਤਾਂ ਮੈਂ ਭਾਅ ਜੀ ਕੋਈ ਟ੍ਰੀਟਮੈਂਟ ਕਰਦਾ ਤੁਹਾਡੀ ਦੇਖੀ ਦੀ ਆ ਵੀਡੀਓ। ਪਰ ਇਹਦੇ ਪੈਰ ਲਈ ਭਾਅ ਜੀ ਦੱਸੋ ਕੁਛ, ਡੇਢ ਦੋ ਮਹੀਨੇ ਹੋ ਗਏ, ਕਾਫੀ ਵੀਡੀਓ ਮੈਂ ਯੂਟਿਊਬ 'ਤੇ ਵੀ ਪਾਤੀਆਂ ਭਾਅ ਜੀ, ਵਟਸਐਪ 'ਤੇ ਤੁਹਾਨੂੰ ਫੋਨ ਲੱਗਾ। ਹੁਣ ਜੇ ਕੁਛ ਤੁਹਾਡੇ ਕੋਲ ਕੋਈ ਇਲਾਜ ਹੋਵੇ ਤਾਂ ਦੱਸਣਾ ਜ਼ਰੂਰ ਭਾਅ ਜੀ। ਚੰਗਾ ਜੀ।